ਸਰ ਦੱਸ ਦਿਓ, ਜਿਹੜੀ ਰਾਤੀ ਪੋਜ਼ਿਟਿਵ ਕੇਸ ਆਇਆ ਸੀ ਤਾਂ ਹੁਣ ਦਿਨ ਚੜ ਗਿਆ, ਕਿੱਦਾਂ ਦੀ ਜਿਹੜੀ ਹੈਗੀ ਉੱਥੇ ਸਪਰੇਅ ਵਗੈਰਾ ਜਾਂ ਕਿੱਦਾਂ ਦਾ ਬੰਦੋਬਸਤ ਹੈ ਕੀਤੇ ਜਾ ਰਹੇ ਨੇ? ਸਪਰੇਅ ਵਗੈਰਾ ਰਾਤ ਹੀ ਕਰਵਾ ਦਿੱਤੇ ਗਏ ਸੀ, ਅਸੀਂ ਕੋਈ ਇਸ਼ੂ ਨਹੀਂ ਹੈ, ਉਹ ਰਾਤ ਹੀ ਕਵਰ ਕਰਵਾ ਲਿਆ ਗਿਆ ਸੀਗਾ ਅਤੇ ਹੁਣ ਇਸ ਟਾਈਮ ਆਸ ਪਾਸ ਦੇ ਘਰਾਂ 'ਚ ਸਰਵੇ ਚੱਲ ਰਿਹਾ। ਕੋਈ ਸਪਰੇਅ ਤੋਂ ਬਾਅਦ ਹੁਣ ਕੋਈ ਇੱਥੇ ਕੋਈ ਸਪੈਸ਼ਲ ਕੋਈ ਫੋਰਸ ਜਾਂ ਸਪੈਸ਼ਲ ਕੁਛ ਨਹੀਂ ਹੈ? ਉਹਨਾਂ ਦੇ ਪਰਿਵਾਰ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਬਾਕੀ ਆਸ ਪਾਸ ਦੇ ਘਰ ਦੇ ਸਰਵੇ ਕੀਤੇ ਜਾ ਰਹੇ, ਉਸ 'ਚ ਕੋਈ ਅਗਰ ਕੋਈ ਲੱਛਣ ਮਿਲੇਗੇ ਤਾਂ ਉਹਨਾਂ ਦਾ ਚੈੱਕ ਜਾਂਚ ਕੀਤੀ ਜਾਏਗੀ। ਹਾਂਜੀ ਸਰ, ਦੱਸ ਦਿਓ, ਜਿਹੜਾ ਇੱਕ ਰਾਤੀ ਪੋਜ਼ਿਟਿਵ ਕੇਸ ਆਇਆ ਸੀਗਾ ਅਤੇ ਹੁਣ ਕਿੱਦਾਂ ਦੇ ਹਾਲਾਤ ਨੇ ਉੱਥੇ ਦੇ ਔਰ ਕਿੱਦਾਂ ਦੀ ਜਿਹੜੀ ਹੈਗੀ ਉਹਨਾਂ ਦੀ ਕੋਠੀ ਦੀ ਦੇਖ ਕੀਤੀ ਜਾ ਰਹੀ ਆ? ਜਿਹੜਾ ਆਹ ਦੇਸੀ ਮਹਿਮਾਨਦਾਰੀ ਦਾ ਹੈਗਾ ਨਾ ਜੀ, ਰੈਜੀਡੈਂਸ਼ੀਅਲ ਬੰਦਾ ਜੀ ਦਾ, ਉਹ ਨੈਗੇਟਿਵ ਹੈ, ਉਹ ਪੋਜ਼ਿਟਿਵ ਨਹੀਂ ਹੈ। ਅਤੇ ਜਿਹੜਾ ਪੋਜ਼ਿਟਿਵ ਹੈ ਉਹ ਇੱਥੇ ਨਹੀਂ ਰਹਿੰਦਾ, ਇਹ ਦੋਨੋਂ ਦੋਸਤ ਨੇ ਹੈ ਇਕੱਠੇ ਸੀਗੇ, ਪਰ ਇਹ ਬੜੇ ਅਵੇਅਰ ਨੇ, ਗੁੱਡ ਵੈੱਲ ਜਿਹੜੀ ਐਜੂਕੇਟਡ ਫੈਮਿਲੀ 'ਚ ਨੇ। ਇਹ ਜਦੋਂ ਬਾਹਰ ਦੇ ਆਏ ਨੇ ਕਮਰੇ 'ਚ ਬੰਦ ਨੇ, ਕਿਤੇ ਨਹੀਂ ਗਏ ਦੋਨੇ ਜਾਣੇ, ਨਾ ਕਿਸੇ ਨਾਲ ਕੰਟੈਕਟ ਕੀਤਾ ਇਹਨਾਂ ਨੇ। ਇਹ ਤਾਂ ਜਿੱਦਣ ਬਿਮਾਰ ਹੋਏ ਉਦੋਂ ਹੀ ਆਪਣੇ ਆਪ ਜਾ ਕੇ ਹਸਪਤਾਲ ਫੋਨ ਕੀਤਾ, ਉੱਥੇ ਜਾ ਕੇ ਦਾਖਲ ਹੋ ਗਏ। ਉਹਨਾਂ 'ਚੋਂ ਇੱਕ ਦੀ ਰਿਪੋਰਟ ਪੋਜ਼ਿਟਿਵ ਹੈ, ਦੂਜੇ ਦੀ ਨੈਗੇਟਿਵ ਹੈ। ਨੈਗੇਟਿਵ ਵਾਲਾ ਆਪਣੇ ਘਰ ਵੀ ਆ ਗਿਆ, ਪੋਜ਼ਿਟਿਵ ਵਾਲਾ ਉੱਥੇ ਦਾਖਲ ਹੈ ਰਜਿੰਦਰਾ 'ਚ ਹਾਲੇ ਵੀ। ਸਰ ਅਸੀਂ ਆਪਣੇ ਵੱਲੋਂ ਜਿਹੜੀ ਸਾਡੀ ਸਿਕਿਉਰਿਟੀ ਹੈ ਉਹ ਉੱਥੇ ਅਸੀਂ ਮੁਲਾਜ਼ਮ ਲਾਏ ਹੋਏ ਨੇ ਉਹਨਾਂ ਦੇ ਘਰ ਦੇ ਬਾਹਰ, ਨਿਗਰਾਨੀ ਵਾਸਤੇ ਵੀ ਕੋਈ ਉਹਨਾਂ ਦੇ ਨਾਲ ਹੋਰ ਲਿੰਕ ਨਾ ਕਰੇ ਜਾਂ ਉਹ ਘਰੋਂ ਬਾਹਰ ਨਾ ਜਾਣ।